ਸੋ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ तमाम ਨਰਾਜ਼ ਮੰਤਰੀਆਂ ਨੂੰ ਤੇ ਵਿਧਾਇਕਾਂ ਨੂੰ ਸੱਦਿਆ ਗਿਆ ਗੱਲਬਾਤ ਦੇ ਲਈ ਇਸ ਦੌਰਾਨ ਉਹਨਾਂ ਵੱਲੋਂ ਦੋਵਾਂ ਧਿਰਾਂ ਦੀ ਗੱਲਬਾਤ ਸੁਣੀ ਗਈ ਕਿਉਂਕਿ ਵਿਧਾਇਕਾਂ ਤੇ ਮੰਤਰੀਆਂ ਦੇ ਵਿੱਚ ਕੁਝ ਨਰਾਜ਼ਗੀਆਂ ਸਨ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਜਿੱਥੇ ਸਿਆਸਤ ਗਰਮਾਈ ਹੋਈ ਤੇ ਪੰਜਾਬ ਸਰਕਾਰ ਦੀ ਕਿਰਕਰੀ ਵੀ ਹੋਈ ਕਿਉਂਕਿ ਕਿਹਾ ਗਿਆ ਕਿ ਅਫਸਰ شاہੀ ਤੇ ਸਰਕਾਰ ਦੇ ਜੋ ਨੁਮਾਇੰਦੇ ਨੇ ਜੋ ਸਰਕਾਰੀ ਵਜ਼ੀਰ ਨੇ ਉਹਨਾਂ ਦੇ ਆਪਸ ਦੇ ਵਿੱਚ ਨਹੀਂ ਬਣ ਰਹੀ ਤੇ ਇਸ ਨੂੰ ਲੈ ਕੇ ਖੁਦ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਈ ਵਾਰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰ ਦਿੱਤਾ ਆ ਗਿਆ ਸਵਾਲੇ ਉਠਰੇ ਸੰ ਕਿ ਸਰਕਾਰ ਦੀ ਇਸ ਵੇਲੇ ਸੂਬੇ ਦੇ ਵਿੱਚ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਹੈ ਤੇ ਇਹਨਾਂ ਸਵਾਲਾਂ ਦੇ ਹੀ ਜਵਾਬ ਦੇਣ ਦੇ ਵਿੱਚ ਲਗਾਤਾਰ ਸਰਕਾਰ ਘिरी ਹੋਈ ਹੈ ਇੱਕ ਪਾਸੇ ਜਿੱਥੇ ਕਰੋਨਾ ਦੀ ਮਾਰ ਸੂਬੇ ਤੇ ਪਈ ਹੋਈ ਹੈ ਕਰੋਨਾ ਨੂੰ ਲੈ ਕੇ ਲਗਾਤਾਰ ਸੂਬਾ ਸਰਕਾਰ ਦੀ ਇਸ ਵੇਲੇ ਕੀ ਪਰਫਾਰਮੈਂਸ ਹੈ ਕਿਸ ਤਰ੍ਹਾਂ ਸੂਬਾ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਇਸ ਨੂੰ ਲੈ ਕੇ ਵੀ ਵਿਰੋਧੀਆਂ ਵੱਲੋਂ ਸਵਾਲ ਚੁੱਕੇ ਜਾਂਦੇ ਰਹੇ ਨੇ ਉੱਤੇ ਹੀ ਦੂਜੇ ਪਾਸੇ ਐਕਸਾਈਜ਼ ਵਿਭਾਗ ਨੂੰ ਲੈ ਕੇ ਸ਼ਰਾਬ ਨੂੰ ਲੈ ਕੇ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਵੀ ਲਗਾਤਾਰ ਸਵਾਲ ਉੱਠਦੇ ਰਹੇ ਨੇ ਤੇ ਐਸੇ ਨੂੰ ਲੈ ਕੇ ਅੱਜ ਫਤਿਹ ਜੰਗ ਸਿੰਘ ਬਾਜਵਾ ਕੋਲੇ ਕਹਿਣ ਨੂੰ ਕੀ ਕੁਝ ਹੈ ਕੀ ਕੁ ਚਰਚਾ ਉਸ ਮੀਟਿੰਗ ਦੇ ਵਿੱਚ ਹੋਈ ਕੀ ਵਾਕਈ ਇਹ ਸਲਾ ਹੱਲ ਹੋ ਗਿਆ ਹੈ ਜਾਂ ਹੋ ਜਾਏਗਾ ਇਸ ਤੇ तमाम ਗੱਲਬਾਤ ਕਰਨਗੇ ਫਤਿਹਜੰਗ ਸਿੰਘ ਬਾਜਵਾ ਦੇ ਨਾਲ ਸਾਡੇ ਅਸੋਸੀਏਟ ਐਡੀਟਰ ਜਗਦੀਪ ਸੰਤੋ ਅਮ੍ਰਿਤਾ ਜੀ ਦੇਖਿਆ ਕਿ ਪਿਛਲੇ ਇੱਕ ਹਫਤੇ ਵਿੱਚ ਪੰਜਾਬ ਦੀ ਸਿਆਸਤ ਵਿੱਚ ਇੱਕ ਪੁਚਾਲ ਜਾਇਆ ਹੋਇਆ ਸੀ ਜਿਸ ਤਰ੍ਹਾਂ ਚੀਫ ਸਕੱਤਰਰੀ ਤੇ ਬਾਰੇ ਖੋਲ ਕੇ ਜਿਹੜੇ ਮੰਤਰੀ ਹੈ ਉਹਨਾਂ ਦੇ ਖਿਲਾਫ ਖੜੇ ਹੋ ਗਏ ਸੀ ਲੇਕਿਨ ਬਹੁਤ ਕੁਝ ਹੋਇਆ ਖਿਚੋਦਾਨ ਹੋਈ ਸੀਐਮ ਨੇ ਸਾਫ ਸੰਕੇਤ ਦੇ ਦਿੱਤੇ ਕਿ ਚੀਫ ਸਕੱਟਰੀ ਜਿਹੜੇ ਉਹਨਾਂ ਨੂੰ ਨਹੀਂ ਹਟਾਇਆ ਜਾਏਗਾ ਔਰ ਉਸ ਤੋਂ ਬਾਅਦ ਇੱਕ ਲੰਚ ਡਿਪਲੋਮੇਸੀ ਦੀ ਗੱਲ ਹੁੰਦੀ ਆ ਜਿਸ ਵਿੱਚ ਕੁਝ ਨਰਾਜ਼ ਮੰਤਰੀ ਔਰ ਐਮ ਐਲ ਏ ਜਿਹੜੇ ਆ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਸੀ ਆਖਿਰ ਇਸ ਲੰਚ ਵਿੱਚ ਅਜਿਹਾ ਕੀ ਖਿਲਾਇਆ ਗਿਆ ਸੀ ਜਿਹੜਾ ਕਿ ਉਸ ਤੋਂ ਬਾਅਦ ਜਿਹੜੇ ਲੋਕ ਲੰਚ ਕਰਕੇ ਆਏ ਸੀ ਉਹ ਬਿਲਕੁਲ ਖਾਮੋਸ਼ ਹੋ ਗਏ ਰਹੇ ਔਰ ਜੋ ਸਥਿਤੀ ਸੀ ਉਹ ਤਸਦੀ ਮਸ ਹੈ ਮੇਰੇ ਨਾਲ ਇਸ ਮੁੱਦੇ ਤੇ ਗੱਲ ਕਰਨ ਲਈ ਫਤੇਜਨ ਸਿੰਘ ਬਾਜਵਾ ਕਾਂਗਰਸ ਦੇ ਸੀਨੀਅਰ ਲੀਡਰ ਨੇ ਔਰ ਇਹਨਾਂ ਦੇ ਜਿਹੜੇ ਵੱਡੇ ਭਰਾ ਵੱਡੇ ਜਿਹੜੇ ਬ੍ਰਦਰ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਬੜੇ ਸੀਰੀਅਸ ਅਲੀਗੇਸ਼ਨ ਲਗਾਏ ਨੇ ਕਿ ਜੋ ਲਗਾਤਾਰ ਰੈਵਨਿਊ ਲਾਸ ਹੋ ਰਿਹਾ ਐ ਐਕਸਾਈਜ਼ ਵਿੱਚ ਉਸਦੀ ਜ਼ਿੰਮੇਵਾਰੀ ਕੌਣ ਹੈ ਬਾਜਵਾ ਸਾਹਿਬ ਲੰਚ ਡਿਪਲੋਮੇਸੀ ਦੀ ਗੱਲ ਹੋ ਰਹੀ ਹੈ ਪੂਰਾ ਪੰਜਾਬ ਜਾਣਨਾ ਚਾਹ ਰਿਹਾ ਕਿ ਆਖਰ ਇਹ ਅਜਿਹਾ ਕੀ ਖਿਲਾਇਆ ਗਿਆ ਉਹਨਾਂ ਨੂੰ ਕਿ ਬਾਹਰ ਆ ਕੇ ਟੋਟਲੀ ਉਹਨਾਂ ਦੀ ਭਾਸ਼ਾ ਹੀ ਬਦਲ ਗਈ ਪਹਿਲਾਂ ਉਹ ਪ੍ਰੈਸ ਕਾਨਫਰੰਸ ਕਰਦੇ ਆ ਕਿ ਉਹਨਾਂ ਦਾ ਕਿਹਾ ਉਹਨਾਂ ਦੇ ਕਹਿਣਾ ਹੈ ਕਿ ਸੀਐਮ ਸਾਹਿਬ ਨੇ ਉਹਨਾਂ ਦੀ ਗੱਲ ਸੁਣੀ ਹੈ ਲੇਕਿਨ ਜੋ ਸਰਕਾਰ ਤੋਂ ਪ੍ਰੈਸ ਰਿਲੀਜ਼ ਆਉਂਦਾ ਉਸ ਵਿੱਚ ਕਿਹਾ ਜਾਂਦਾ ਕਿ ਇੱਥੇ ਕੋਵਿਡ 19 ਦੇ ਉੱਪਰ ਬਾਤचीत ਹੋਈ ਹੈ ਕੋਈ ਜਿਹੜੀ ਪ੍ਰੋਬਲਮ ਚੱਲ ਰਹੀ ਸੀ ਉਸ ਬਾਰੇ ਬਹੁਤ ਘੱਟ ਜ਼ਿਕਰ ਹੋਇਆ ਸੱਚਾਈ ਕੀ ਹੈ ਮੈਂ ਜਾਣਨਾ ਚ ਅਹ ਦੇਖੋ ਜਗਦੀਪ ਜੀ ਮੈਂ ਪਹਿਲੇ ਤੇ ਇੱਕ ਗੱਲ ਕਹਿਣਾ ਚਾਹਨਾ ਵੀ ਅਸੀਂ ਲੋਕਾਂ ਦੇ ਇਲੈਕਟਿਡ ਰਿਪ੍ਰেজੈਂਟੇਟਿਵ ਹਾਂ ਅਸੀਂ ਲੋਕਾਂ ਦੀ ਆਵਾਜ਼ ਜਿਹੜੀ ਹੈ ਨਾ ਜਿਹੜੀ ਸੱਚ ਦੀ ਆਵਾਜ਼ ਹੈ ਉਹ ਅਸੀਂ ਲੋਕਾਂ ਤੱਕ ਪਹੁੰਚਾਣੀ ਹੈ ਔਰ ਉਹਨਾਂ ਦੀ ਆਵਾਜ਼ ਜਿਹੜੀ ਹੈ ਮੁੱਖ ਮੰਤਰੀ ਸਾਹਿਬ ਦੇ ਕੰਨਾਂ ਤੱਕ ਜਾਣੀ ਚਾਹੀਦੀ ਸੀ ਜਿਹੜਾ ਇਹ ਲੰਚ ਸੀਐਮ ਸਾਹਿਬ ਨੇ ਬੁਲਾਇਆ ਮੇਰੇ ਸਾਹਮਣੇ ਇੱਕ ਰੂਟੀਨ ਲੰਚ ਹੋ ਸਕਦਾ ਹੈ ਜਿੱਥੇ ਸਾਡੇ ਸਾਥੀ ਐਮ.ਐਲ.ਏ ਵੀ ਗਏ ਸਾਡੇ ਇੱਕ ਕੈਬਨਿਟ ਮਨਿਸਟਰ ਵੀ ਗਏ ਸੁਖਜਿੰਦਰ ਰੰਦਾਵਾ ਜੀ ਉਥੇ ਜਾਖੜ ਸਾਹਿਬ ਵੀ ਗਏ ਬੇਸਿਕਲੀ ਗੱਲ ਤਾਂ ਚੀਫ ਸੈਕਟਰੀ ਸਾਹਿਬ ਦੇ ਹੀ ਅਸਤੀਫੇ ਦੀ ਲੈ ਕੇ ਜਿਹੜੀ ਕਾਫੀ ਦਿਨਾਂ ਤੋਂ ਟਵੀਟ ਚੱਲਿਆ ਸੀ ਟਵੀਟ ਦੇ ਉੱਤੇ ਟਵੀਟ ਕੀਤਾ ਗਿਆ ਕਿ ਐਮ.ਐਲ.ਏ ਨੇ ਟਵੀਟ ਕੀਤਾ ਔਰ ਸਾਰੀ ਪਾਰਟੀ ਦੇ ਐਮ.ਐਲ.ਏ ਨੇ ਇਹ ਮੁੱਦੇ ਤੇ ਕਿਉਂਕਿ ਰਾਜਾ ਵਿਡਿੰਗ ਜੀ ਨੇ ਕਾਫੀ ਸੰਗੀਨ ਉਹਤੇ ਜੁਰਮ ਲਾਏ ਸੀ बीसीएस साहब ਦਾ ਕੋਈ ਫੈਮਿਲੀ ਮੈਂਬਰ ਜਿਹੜਾ ਇਨਵੋਲਡ ਹੈ ਇਸ ਐਕਸਾਈਜ਼ ਦੇ ਵਿਭਾਗ ਦੇ ਵਿੱਚ ਜੇ ਇਹ ਗਏ ਤੇ ਜਾ ਕੇ ਇਹਨਾਂ ਨੇ ਚੀਫ ਮਨਿਸਟਰ ਸਾਹਿਬ ਨੂੰ ਜੇ ਉਹ ਗੱਲ ਰੱਖੀ ਤੇ ਚੀਫ ਮਨਿਸਟਰ ਸਾਹਿਬ ਨੇ ਇਹਨਾਂ ਨੂੰ ਕੋਈ ਨਾ ਕੋਈ ਜਵਾਬ ਤਕਸਰ ਦਿੱਤਾ ਹੋਏਗਾ ਜਿਹਦੇ ਤੇ ਉਹਨਾਂ ਨੇ ਇਹਨਾਂ ਨੂੰ ਕਨਵਿੰਸ ਕੀਤਾ ਹੋਏਗਾ ਵੀ ਨਹੀਂ ਚੀਫ ਸੈਕਟਰੀ ਜਿਹੜੇ ਨੇ ਉਹ ਠੀਕ ਨੇ ਉਹ ਚੰਗੇ ਅ ਅچھے ਆਫਸਰ ਨੇ ਦੋ ਮਹੀਨੇ ਤਿੰਨ ਮਹੀਨੇ ਦੀ ਉਹਨਾਂ ਦੀ ਨੌਕਰੀ ਰਹੀ ਰਿਟਾਇਰ ਹੋ ਜਾਣਾ ਤੁਸੀਂ ਇਸ ਗੱਲ ਨੂੰ ਛੱਡੋ ਤੇ ਇਹ ਗੱਲ ਬਾਹਰ ਆ ਕੇ ਦੱਸਣ ਦੇ ਵਿੱਚ ਕੀ ਫਰਕ ਪੈਂਦਾ ਸੀ ਜੇ ਇਹ ਕੋਈ ਗੱਲ ਚੀਫ ਮਿਨਿਸਟਰ ਸਾਹਿਬ ਇੱਕ ਏਬਲ ਐਡਮਿਨਿਸਟਰेटर ਨੇ ਅਸੀਂ ਇਹ ਗੱਲ ਸਮਝਦੇ ਹਾਂ ਔਰ ਇਹ ਵੀ ਸਮਝਦੇ ਸੀ ਚੀਫ ਮਿਨਿਸਟਰ ਸਾਹਿਬ ਜੇ ਮੈਂ ਇਸ ਵੇਲੇ ਚੀਫ ਸੈਕਟਰੀ ਨੂੰ ਲਾਇਆ ਤੇ ਹੋ ਸਕਦਾ ਹੈ ਬਿਊਰੋਕਰੇਸੀ ਦੇ ਵਿੱਚ ਇਸ ਗੱਲ ਦਾ ਇੱਕ ਮੈਸੇਜ ਸਹੀ ਨਾ ਜਾਵੇ ਪਰ ਦੂਸਰੇ ਬੰਨੇ ਜੇ ਇੱਕ ਵੇਖਿਆ ਜਾਏ ਤੇ ਪੋਲਿਟਿਕਲ ਸਾਈਡ ਤੇ ਵੀ ਇਹਦਾ ਇੱਕ ਮੈਸੇਜ ਆਣਾ ਬਹੁਤ ਜ਼ਰੂਰੀ ਸੀ ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਆਪਣੇ ਸਾਥੀਆਂ ਨੂੰ ਇਹ ਵੀ ਗੱਲ ਕਹਿਣਾ ਚਾਹਾਂਗਾ ਵੀ ਪਹਿਲੇ ਤੇ ਸਟੈਂਡ ਜੇ ਤੁਸੀਂ ਕਿਸੇ ਚੀਜ਼ ਦਾ ਲਿਆ ਉਹਦੇ ਕਨਕਲੂਸਿਵ ਐਂਡ ਤੱਕ ਜਾਣਾ ਚਾਹੀਦਾ ਜੇ ਤੁਸੀਂ ਉੱਥੇ ਜਾ ਕੇ ਗੱਲ ਆਏ ਉਹ ਤੇ ਬਾਹਰ ਆ ਕੇ ਦੱਸ ਦੋ ਸਰਕਾਰ ਦਾ ਵਿੱਚ ਵੀ ਕੀ ਅਰਜ਼ ਹੈ ਸਰਕਾਰ ਦਾ ਇੱਕ ਪ੍ਰੈਸ ਨੋਟ ਆਇਆ ਉਸ ਵਿੱਚ ਕਿਹਾ ਗਿਆ ਕਿ ਜਿਹੜੇ ਸੱਤ ਪਹਿਰੇ ਦਾ ਪ੍ਰੈਸ ਨੋਟ ਸੀਗਾ ਛੇ ਪਹਿਰੇ ਜਿਹੜੇ ਉਹ ਚ ਕਿਹਾ ਕਿ ਕੋਵਿਡ 19 ਬਾਰੇ ਡਿਸਕਸ਼ਨ ਕਰਨੀ ਲੰਚ ਹੋਇਆ ਸੀ ਜਿੰਨਾ ਕਿ ਮੈਨੂੰ ਪਤਾ ਕਿ ਸੀਐਮ ਸਾਹਿਬ ਪਿਛਲੇ 2 ਮਹੀਨੇ ਕਿਸੇ ਨਾਲ ਨਹੀਂ ਮਿਲੇ ਕਿਸੇ ਨਾਲ ਗੱਲਬਾਤ ਨਹੀਂ ਕਰ ਰਹੇ ਸੀ ਔਰ ਜੇਕਰ ਕੋਵਿਡ 19 ਦੀ ਡਿਸਕਸ਼ਨ ਹੋਣੀ ਸੀ ਉਸ ਵਿੱਚ ਸਿਹਤ ਮੰਤਰੀ ਦਾ ਵੀ ਹੋਣਾ ਬਹੁਤ ਜ਼ਰੂਰੀ ਸੀਗਾ ਔਰ ਭਰਤਪੁਸ਼ਨ ਆਸ਼ੂ ਜੋ ਕਿ ਡਿਸਟ੍ਰਿਬਿਊਸ਼ਨ ਦਾ ਸਾਰਾ ਜਿਮੇ ਉਹਨਾਂ ਦੇ ਜਿੰਮੇ ਸੀਗਾ ਉਹਨਾਂ ਨੂੰ ਵੀ ਸ਼ਾਇਦ ਇਸ ਮੀਟਿੰਗ 'ਚ ਹੋਣਾ ਚਾਹੀਦਾ ਸੀ ਆਖਰ ਇਹ ਪੰਜ ਲੋਕ ਅਗਰ ਕੋਵਿਡ 19 ਦੀ ਮੀਟਿੰਗ ਕਰਨ ਗਏ ਸੀ ਤੇ ਪ੍ਰੈਸ ਕਾਨਫਰੰਸ ਵਿੱਚ ਇਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਸੀਗਾ ਕਿ ਅਸੀਂ ਜਿਹੜਾ ਕਿ ਆਪਣਾ ਕੋ ਚੀਫ ਸਕੱਟਰੀ ਨਾਲ ਮੱਤ ਪੈ ਨਹੀਂ ਹੋਇਆ ਆਖਿਰ ਵਜ੍ਹਾ ਕੀ ਹੈ ਤੁਹਾਡੀ ਗੱਲਬਾਤ ਹੋਈ ਹੈ ਨਾ ਸਾਰਿਆਂ ਨਾਲ ਕੀ ਉਹਨਾਂ ਨੇ ਕੋਈ ਸਫਾਈ ਦਿੱਤੀ ਹੈ ਇਸ ਬਾਰੇ ਦੇਖੋ ਜਦੋਂ ਲੰਚ ਕਰਕੇ ਆਏ ਜਦੋਂ ਉਹਨਾਂ ਦੱਸਿਆ ਵੀ ਅਸੀਂ ਕਿਸ ਨੇ ਕਿਹਾ ਖੀਰ ਖਾਧੀ ਕਿਸ ਨੇ ਕਿਹਾ ਆਈਸਕ੍ਰੀਮ ਖਾਧੀ ਤੇ ਮੈਂ ਵੀ ਉਹਨਾਂ ਨੂੰ ਇਹ ਗੱਲ ਕਹੀ ਵੀ ਜੇ ਤੁਸੀਂ ਗਏ ਸੀ ਮੈਨੂੰ ਮਿਲੇ ਆ ਕੇ ਸਾਰੇ ਮਿਲੇ ਔਰ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਕਿਹਾ ਵੀ ਵੀ ਤੁਸੀਂ ਇਹਨਾਂ ਕਿਹਾ ਵੀ ਸੀ ਚੀਫ ਮਿਨਿਸਟਰ ਸਾਹਿਬ ਨੇ ਅਹ ਚੀਫ ਸੈਕਟਰੀ ਸਾਹਿਬ ਬਾਰੇ ਇੱਕ ਗੱਲ ਕਹੀ ਹੈ ਵੀ ਮੈਂ ਉਸ ਦੇ ਬਾਰੇ ਸੋਚਾਂਗਾ ਪਰ ਇੱਕ ਇਸ਼ਾਰਾ ਇਹ ਸੀ ਵੀ ਚੀਫ ਸੈਕਟਰੀ ਨੂੰ ਮੈਂ ਨਹੀਂ ਹਟਾਣਾ ਚਲੋ ਉਹਨਾਂ ਦੇ ਆਪਣੇ ਰੀਜ਼ਨ ਹੋਣਗੇ ਤੇ ਪਰ ਇਹ ਲੋਕਾਂ ਵਿੱਚ ਇਹ ਗੱਲ ਕਹਿ ਨਹੀਂ ਕੋਵਿਡ ਦੀ ਮੈਂ ਸਮਝਦਾ ਕਿਉਂਕਿ ਇੱਕ ਪੋਲਿਟਿਕਲ ਲੋਕਾਂ ਦੀ ਪਰਸੈਪਸ਼ਨ ਜਾਂਦੀ ਹੈ ਇੱਕ ਪਰਸੈਪਸ਼ਨ ਜਾਂਦੀ ਹੈ ਵੀ ਜਿਹੜੇ ਇਹ ਬੰਦਿਆ ਨੇ ਸਟੈਂਡ ਲਿਆ ਕੀ ਇਹ ਆਪਣੇ ਸਟੈਂਡ ਤੇ ਕੈਮ ਨੇ ਕੀ ਲੋਕ ਇਹਨਾਂ ਨਾਲ ਇਹਨਾਂ ਨੂੰ ਵੇਖ ਕੇ ਲੱਗਣਗੇ ਨਾ ਗੱਲ ਗਾਂ ਤਾਂ ਤੁਰੇਗੀ ਜਦੋਂ ਇਹ ਵੇਖਣਗੇ ਕਿ ਸਟੈਂਡ ਦੇ ਵਿੱਚ ਕੋਈ ਸੱਚਾਈ ਹੈ ਮੈਂ ਸਮਝਣਾ ਬੀਜੇ ਇਹ ਸਟੈਂਡ ਲਿਆ ਸੀ ਫਿਰ ਇਹਨਾਂ ਨੂੰ ਇਹ ਸਟੈਂਡ ਸੀਐਮ ਸਾਹਿਬ ਦੇ ਸਾਹਮਣੇ ਬਿਲਕੁਲ ਕਲੀਅਰ ਕੱਟ ਰੱਖਣਾ ਚਾਹੀਦਾ ਸੀ ਵੀ ਦੇਖੋ ਚੀਫ ਸੈਕਟਰੀ ਸਾਹਿਬ ਦੀ ਇੱਕ ਗੱਲ ਕਮੁੱਦਾ ਛੱਡ ਦਿਓ ਤੁਸੀਂ ਚੀਫ ਸੈਕਟਰੀ ਸਾਹਿਬ ਨੂੰ ਉਹਨਾਂ ਰੱਖ ਲਿਆ ਉਹਨਾਂ ਨੇ ਕਿਹਾ ਵੀ ਨਹੀਂ ਹਟਾਣਾ ਪਰ ਸਾਰੇ ਨੂੰ ਵੱਡੀ ਜਿਹੜੀ ਗੱਲ ਸੀ ਜਿਹੜੀ ਅੱਜ ਲੋਕਾਂ ਦੇ ਦਰਬਾਰ ਦੇ ਵਿੱਚ ਅੱਜ ਜਿਹੜੀ ਗੱਲ ਜਾ ਰਹੀ ਹੈ ਉਹ ਹੈਗੀ ਹੈ ਐਕਸਾਈਜ਼ ਦੇ ਵਿੱਚ ਲੌਸਸਿਸ ਦੀ ਵੀ ਜਿਹੜਾ ਇਹ ਘਟਾ ਪਿਆ ਜਿਹਦੇ ਵਿੱਚ ਚੀਫ ਮਿਨਿਸਟਰ ਸਾਹਿਬ ਨੇ ਇੱਥੋਂ ਤੱਕ ਵੀ ਕਿਹਾ ਵੀ ਸਾਨੂੰ ਲੌਸਸਿਸ ਨਹੀਂ ਹੋਏ ਸਟੇਟ ਨੂੰ ਤੇ ਫਿਰ ਡਿਫਰੈਂਸਰ ਆਫ ਇਸ ਨੇ ਕਿਹਾ ਸਾਨੂੰ ਕੋਈ ਲੌਸ ਨਹੀਂ ਹੋਇਆ ਔਰ ਹੁਣ ਉਹ ਉਹਨਾਂ ਨੇ ਵਾਕ ਡੋਰ ਖੁਦ ਕਿਉਂਕਿ ਬਹੁਤ ਸਾਰੇ ਪੋਰਟਫੋਲੀਓ ਸੀਐਮ ਕੋ ਹੁੰਦੇ ਆ ਤੇ ਉਹਨਾਂ ਨੇ ਕਿਹਾ ਕਿ ਮੈਂ ਵਾਕ ਡੋਰ ਖੁਦ ਅਚ ਲਾਵਾਂਗਾ ਹਰ ਫਰਡੇ ਮੈਂ ਆ ਰਿਵਿਊ ਕਰਾਂਗਾ ਪਰ ਜੋ ਜਿਹੜਾ 2000 ਕਰੋੜ ਤੋਂ ਜ਼ਿਆਦਾ ਦਾ ਲਾਸ ਹੋ ਗਿਆ ਕੀ ਉਹ 1.5 ਸਾਲ ਦੇ ਵਿੱਚ ਕਵਰ ਹੋ ਜਾਏਗਾ ਜਿਹੜਾ ਪੰਜਾਬ ਦਾ ਲਾਸ ਹੋਇਆ ਔਰ ਅਜੀਆਂ ਵੀ ਖਬਰਾਂ ਆਈਆਂ ਕਿ ਪੂਰੇ ਦੇਸ਼ 'ਚ ਸ਼ਰਾਬ ਦੇ ਠੇਕੇ ਕੁਲੇ ਤੇ ਲਾਈਨਾਂ ਲੱਗੀਆਂ ਪੰਜਾਬ 'ਚ ਕੋਈ ਪੀਣ ਵਾਲਾ ਨਹੀਂ ਸੀਗਾ ਸ਼ਾਇਦ ਪੰਜਾਬ 'ਚ ਇੱਕ ਵੀ ਲਾਈਨ 'ਚ ਬੰਦਾ ਨਹੀਂ ਦੇਖਿਆ ਅਗਰ ਵਜ੍ਹਾ ਕੀ ਹੈ ਸਾਫ਼ ਜੜੀਆਂ ਨੇ ਹਾਕਮ ਧਿਰ ਵੱਲ ਉਂਗਲਾਂ ਉਠਰੀਆਂ ਨੇ ਕਿ ਸ਼ਰਾਬ ਜਿਹੜੀ ਹੈ ਉਹ ਕਰਫਿਊ ਦੇ ਵਿੱਚ ਜਿਹੜੀ ਲੋਕਾਂ ਨੇ ਘਰਾਂ ਤੱਕ ਪਹੁੰਚੀ ਸੱਚਾਈ ਕੀ ਹੈ ਇੰਨਾ ਇਤਫਾਕ ਰੱਖਦੇ ਤੁਸੀਂ ਦੇਖੋ ਮੈਂ ਇਸ ਗੱਲ ਨਾਲ ਬਿਲਕੁਲ ਇਤਫਾਕ ਰੱਖਦਾ ਹਾਂ ਬੀ ਚੀਫ ਮਿਨਿਸਟਰ ਸਾਹਿਬ ਨੂੰ ਇਸ ਇਸ਼ੂ ਦੇ ਉੱਤੇ ਕਿਉਂਕਿ ਉਹ ਮੰਤਰੀ ਨੇ ਇਸ ਮਹਿਕਮੇ ਦੇ ਜਾਂ ਆਪਣੇ ਆਪਣੇ ਸੈਕਟਰੀਏਟ ਵੱਲੋਂ ਜਾਂ ਸੀਐਸ ਵੱਲੋਂ ਜਾਂ ਆਪਣੇ ਵੱਲੋਂ ਇੱਕ ਨੋਟ ਔਰ ਜਿਹੜੀ ਇਹ ਗੱਲ ਹੈ ਇਹ ਲੋਕਾਂ ਸਾਹਮਣੇ ਜਗਜਾਹਰ ਕਰਨੀ ਚਾਹੀਦੀ ਹੈ ਔਰ ਮੇਰਾ ਜਿਤੋਂ ਦਾ ਖਿਆਲ ਹੈ ਜਿੰਨਾ ਕਿ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਜਾਣਦਾ ਉਹ ਇਸ ਤੇ ਐਕਸ਼ਨ ਜ਼ਰੂਰ ਕਰ ਰਹੇ ਹੋਣਗੇ ਲੋਕਾਂ ਸਾਹਮਣੇ ਉਹਨਾਂ ਨੇ ਬਿਲਕੁਲ ਵਾਈਟ ਪੇਪਰ ਲੈ ਕੇ ਆਣਾ ਸਚਾਈ ਰੱਖਣਗੇ ਔਰ ਆਪਣੀ ਜਿਹੜੀ ਹੈ ਉਹ ਦੇਖੋ ਇੱਕ ਪਰਸੈਪਸ਼ਨ ਜਿੱਦਾਂ ਤੁਸੀਂ ਗੱਲ ਕੀਤੀ ਅਕਾਲੀ ਦਲ ਤੇ ਇਹ ਸਾਰੀ ਪਰਸੈਪਸ਼ਨ ਬਣੀ ਵੀ 10 ਸਾਲ ਦੇ ਰਾਜ ਵਿੱਚ ਇੱਕ ਮਾਫੀਆ ਰਾਜ ਆਇਆ ਇਹ ਆਇਆ ਉਹ ਆਇਆ ਇਸ ਦੇ ਉੱਤੇ ਇਹ ਪਰਸੈਪਸ਼ਨ ਦੂਰ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਲੋਕਾਂ ਦਾ ਕਹਿੰਦੇ ਨੇ ਵੀ ਐਕਸ਼ਨ ਸਪੀਕਸ ਮੋਰ ਦੈਨ ਦਾ ਵਰਡਸ ਔਰ ਲੀਡਰ ਦੀ ਕੁਆਲਿਟੀ ਕੀ ਹੁੰਦੀ ਹੈ ਅਸੀਂ ਮਜਹਲਾਂ ਸਾਡੇ ਤੇ ਸਰਦਾਰ ਸਤਰਾਮ ਸਿੰਘ ਬਾਜਵਾ ਦਾ ਖੂਨ ਵਾਸਦਾ ਸਾਡੀਆਂ ਰਗਾਂ ਵਿੱਚ ਉਹ ਖੂਨ ਹੈ ਮੇਰੇ ਜਗਦੀਪ ਜੀ ਜੇ ਅਸੀਂ ਕੋਈ ਗੱਲ ਤੇ ਸਟੈਂਡ ਲੈਣਾ ਤੇ ਸਟੈਂਡ ਤੇ ਕਾਇਮ ਰਹਿਣਾ ਚਾਹੀਦਾ ਅੱਛਾ ਤੁਸੀਂ ਮਝੈਲ ਦੀ ਗੱਲ ਕੀਤੀ ਉਹਨਾਂ ਵਿੱਚ ਸੁਖਵਿੰਦਰ ਸਿੰਘ ਰੰਧਾਵਾ ਵੀ ਸ਼ਦ ਮਾਝੇ ਤੋਂ ਆਉਂਦੇ ਆ ਵਜ੍ਹਾ ਕੀ ਹੈ ਕਿ ਖੀਰ ਇੰਨੀ ਸਵਾਦ ਸੀ ਜਾਂ ਜਿਹੜੀ ਆਈਸਕ੍ਰੀਮ ਇੰਨੀ ਸਵਾਦ ਸੀ ਕਿ ਉਹਨਾਂ ਦੀ ਉਸ ਦਿਨ ਦੀ ਬਾਅਦ ਕੋਈ ਗੱਲਬਾਤ ਹੀ ਨਹੀਂ ਕਰ ਰਹੇ ਹੋ ਉਹਦਾ ਤੇ ਸੁਖਜਿੰਦਰ ਸੂਰੀ ਸੁਖੀ ਰੰਧਾਵਾ ਜੀ ਜਵਾਬ ਦੇ ਸਕਦੇ ਨੇ ਮੇਰਾ ਵੱਡਾ ਮੇਰਾ ਛੋਟਾ ਵੀਰ ਹੈ ਮੈਂ ਬਹੁਤ ਉਹਨਾਂ ਦੀ ਇੱਜ਼ਤ ਕਰਦਾ ਸਾਡੇ ਨਾਲ ਹਮੇਸ਼ਾ ਮਿਲ ਕੇ ਸਲਾਹ ਕਰਕੇ ਸਾਰੇ ਕੰਮ ਚੱਲਦੇ ਆਂ ਔਰ ਹਮੇਸ਼ਾ ਸਰਕਾਰ ਚਲਾਣ ਲਈ ਸਰਕਾਰ ਦੇ ਨਾਲ ਖੜੇ ਰਹਿਣ ਲਈ ਹਮੇਸ਼ਾ ਤਤਪਰ ਰਹਿੰਦੇ ਆ ਇਹ ਕਿਉਂ ਕੀ ਵਜ੍ਹਾ ਜਾਂ ਉਹ ਇਹਨਾਂ ਸੋਚਿਆ ਵੀ ਅਸੀਂ ਸੀਐਮ ਸਾਹਿਬ ਨੂੰ ਮਨਾ ਲਾਂਗੇ ਜਾਂ ਕੀ ਉੱਥੇ ਗੱਲ ਹੋਈ ਇਹ ਤਾਂ ਜਵਾਬ ਤਾਂ ਉਹ ਦੇਣਗੇ ਪਰ ਮੈਂ ਇਹ ਗੱਲ ਇੱਕ ਸਮਝਣਾ ਵੀ ਜਿਹੜੀ ਵੀ ਗੱਲ ਮੈਂ ਇੱਕ ਇਮਾਨਦਾਰੀ ਨਾਲ ਇਹ ਗੱਲ ਕਹਿੰਦਾ ਜਿਹੜੀ ਵੀ ਗੱਲ ਅੰਦਰ ਹੋਈ ਉਹ ਸਾਨੂੰ ਲੋਕਾਂ ਸਾਹਮਣੇ ਲੱਖਣ ਦੇ ਵਿੱਚ ਵੀ ਕੀ ਹਰਜ਼ ਹੈ ਬੀਸੀਐਮ ਸਾਹਿਬ ਨੇ ਜੇ ਉਹਨਾਂ ਕਿਹਾ ਵੀ ਠੀਕ ਹੈ ਮੈਂ ਉਸ ਤੇ ਵਿਚਾਰ ਕਰਾਂਗਾ ਤੇ ਫਿਰ ਉਸ ਵਿਚਾਰ ਦੇ ਵਿੱਚ ਸੀਐਬ ਸਾਹਿਬ ਨੂੰ ਉਸ ਚੀਜ਼ ਦੇ ਵੱਲ ਉਹਨਾਂ ਨੂੰ ਕਹਿਣ ਵੀ ਸਾਡੇ ਪੋਲੀਟੀਕਲ ਬੰਦਿਆਂ ਦੇ ਵੀ ਪੱਲੇ ਕੁਝ ਨਹੀਂ ਰਹਿੰਦਾ ਜੇ ਇਹ ਗੱਲ ਨਹੀਂ ਇਦਾਂ ਸੋਈ ਅੱਛਾ ਇੱਕ ਬੜੀ ਹਾਸੋਈ ਨਹੀਂ ਸਥਿਤੀ ਬਣੀ ਹੋਈ ਆ ਸੀਐਮ ਸਾਹਿਬ ਨੂੰ ਪੂਰਾ ਫੇਥ ਆਪਣੇ ਚੀਫ ਸੈਕਟਰੀ ਵਿੱਚ ਸੁਖਬੀਰ ਸਿੰਘ ਬਾਦਲ ਜੋ ਪ੍ਰੈਜ਼ੀਡੈਂਟ ਨੇ ਗਾਲੀ ਕੱਢ ਦੇ ਉਹਨਾਂ ਨੂੰ ਫੇਥ ਹੈ ਉਹਦੇ ਵਿੱਚ ਔਰ ਤੁਹਾਡੇ ਮੰਤਰੀ ਕਹਿ ਰਹੇ ਆ ਕਿ ਸਾਨੂੰ ਫੇਥ ਨਹੀਂ ਹੈ ਹੁਣ ਕੀ ਲੱਗਦਾ ਕਿ ਜਿਹੜੇ ਇੱਕ ਪੇਜ ਤੇ ਹੈਗੇ ਆ ਸੀਐਮ ਸਾਹਿਬ ਔਰ ਸੁਖਬੀਰ ਬਾਦਲ ਔਰ ਜਿਹੜੀ ਬਜ਼ਾਰਤ ਆ ਜਿਹੜੇ ਕਹਿੰਦੇ ਕਿ ਅਸੀਂ ਮੀਟਿੰਗ 'ਚ ਨਹੀਂ ਜਾਵਾਂਗੇ ਜੇ ਚੀਫ ਸੈਕਟਰੀ ਬੈਠਣਗੇ ਅਕਰ ਸਚਾਈ ਕੀ ਔਰ ਬਾਦਲ ਸੁਖਬੀਰ ਬਾਦਲ ਉਹਨਾਂ ਨੇ ਕਿਹਾ ਹੈ ਕਿ ਬੜੇ ਇਮਾਨਦਾਰ ਅਫਸਰ ਨੇ ਕਾਂਗਰਸ ਦੀਆਂ ਗਲਤੀਆਂ ਨੇ ਜਿਨ੍ਹਾਂ ਨੂੰ ਦਰੁਸਤ ਕਰ ਰਿਹਾ ਇਸ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਮੋਰਚਾ ਬੰਦੀ ਹੋ ਰਹੀ ਹੈ ਦੇਖੋ ਸੁਖਬੀਰ ਸਿੰਘ ਬਾਦਲ ਕੀ ਕਹਿੰਦੇ ਨੇ ਪਰ ਮੈਂ ਇੱਕ ਗੱਲ ਸਮਝਣਾ ਵੀ ਜੋ ਚੀਫ ਮਿਨਿਸਟਰ ਸਾਹਿਬ ਦਾ ਸਟੈਂਡ ਹੈ ਗੱਲ ਤੇ ਮੀਟਿੰਗ ਤੋਂ ਪ੍ਰੀ ਕੈਬਨਿਟ ਮੀਟਿੰਗ ਤੋਂ ਗੱਲ ਚੱਲੀ ਜਿਹਦੇ ਵਿੱਚ ਕੈਬਨਿਟ ਮੰਤਰੀ ਸਾਹਿਬਾਂ ਨੇ ਮਹਿਸੂਸ ਕੀਤਾ ਵੀ ਚੀਫ ਸਕੱਟਰੀ ਨੇ ਉਹਨਾਂ ਦੀ ਉਹਨਾਂ ਨਾਲ ਮਤਭੇਦ ਹੋਏ ਕਿਸੇ ਕਾਰਨ ਤੋਂ ਵੀ ਜੇ ਮੈਂ ਉਹਨਾਂ ਦੀ ਜਗ੍ਹਾ ਹੁੰਦਾ ਜੇ ਮੈਂ ਉਹਨਾਂ ਦੀ ਜਗ੍ਹਾ ਹੁੰਦਾ ਤੇ ਮੈਂ ਸ਼ਾਇਦ ਉੱਥੇ ਹੀ ਗੱਲ ਨੂੰ ਮੁਕਾ ਕੇ ਆਂਦਾ ਤੇ ਜੇ ਸਟੈਂਡ ਲੈਂਦਾ ਤੇ ਸਟੈਂਡ ਤੇ ਕੈਮਰੇਂਦਾ अच्छा ਤੁਹਾਡੇ 브్రਦਰ ਨੇ ਪ੍ਰਤਾਪ ਸਿੰਘ ਬਾਜਵਾ ਲਗਾਤਾਰ ਟਵੀਟ ਕਰ ਰਹੇ ਹੈ ਔਰ ਸੀਐਮ ਸਾਹਿਬ ਨੂੰ ਉਹ ਜਿਤਾ ਰਹੇ ਨੇ ਕਿ ਇੰਨਾ ਲਾਸ ਹੋਇਆ ਇਹਦਾ ਜਵਾਬ ਦਿਓ ਲੇਕਿਨ ਉਹਨਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਕੋਈ ਤੁਹਾਡੇ ਨਾਲ ਗੱਲਬਾਤ ਹੋਈ ਹੈ ਕਦੀ ਇਸ ਬਾਰੇ ਕਿ ਜਿਹੜਾ ਰੈਵਨਿਊ ਲਾਸ ਹੈ ਉਸ ਬਾਰੇ ਸੀਐਮ ਕੋ ਕੇ ਸੀਐਮ ਸਾਹਿਬ ਦੇ ਤੁਸੀਂ ਜ਼ਿਆਦਾ ਕਲੋਜ਼ ਹੋ ਪਿਛਲੇ 3 ਸਾਲ ਚ ਮੈਂ ਦੇਖ ਰਿਹਾ ਤੁਹਾਡੇ ذریعے ਕੋਈ ਗੁਫਤਗੂ ਹੋ ਪਾਈ ਹੈ ਕਿ ਜਿਹੜਾ ਰੈਵਨਿਊ ਲਾਸ ਹੋਇਆ ਪੰਜਾਬ ਨੂੰ ਹੱਕ ਹੈ ਉਸ ਪਤਾ ਲੱਗੇ ਕਿਉਂਕਿ ਕਾਰਪੋਰੇਸ਼ਨ ਦੀ ਗੱਲ ਕੀਤੀ ਜਾ ਰਹੀ ਸੀ ਕਿ ਸ਼ਰਾਬ ਨੂੰ ਵੇਚ ਨਹੀਂ ਇੱਕ ਸਰਕਾਰੀ ਕਾਰਪੋਰੇਸ਼ਨ ਬਣਾਈ ਜਾਵੇ ਤਾਂ ਕਿ ਜਿਹੜਾ ਰੈਵਨਿਊ ਲਾਸ ਉਹਨੂੰ ਖਤਮ ਕੀਤਾ ਜਾਵੇ ਆਖਰ ਪ੍ਰੋਬਲਮ ਕਿੱਥੇ ਹੈ ਕਿਉਂ ਨਹੀਂ ਹੈ ਰੈਵਨਿਊ ਲਾਸ ਜਿਹੜਾ ਰੁਕੇ ਜਾਂਦਾ ਦੇਖੋ ਪਹਿਲੀ ਗੱਲ ਮੈਂ ਬਿਲਕੁਲ ਇਸ ਚ ਕੋਈ ਦੋਰਾਇ ਨਹੀਂ ਵੀ ਚੀਫ ਮਿਨਿਸਟਰ ਸਾਹਿਬ ਨਾਲ ਮੇਰਾ ਬਹੁਤ ਅਥਾ ਪਿਆਰ ਹੈ ਮੇਰੇ ਤੇ ਵਿਸ਼ਵਾਸ ਕਰਦੇ ਨੇ ਮੈਂ ਉਹਨਾਂ ਦਾ ਸਾਥੀ ਹਾਂ ਹਮੇਸ਼ਾ ਉਹਨਾਂ ਨਾਲ ਥਾਂ ਵਾਂਗੂ ਖੜਿਆ ਪਰ ਜਿੱਥੇ ਕਿਤੇ ਕੋਈ ਪੰਜਾਬ ਦੇ ਮੁੱਦੇ ਦੀ ਗੱਲ ਆਏਗੀ ਤੇ ਉੱਥੇ ਫਤੇਹ ਸਿੰਘ ਬਾਜਵਾ ਕਿਸੇ ਗੱਲ ਤੋਂ ਪੈੜਾ ਨਹੀਂ ਪੈਗਾ ਆਪਣੇ ਮੁੱਦੇ ਲੋਕਾਂ ਦੇ ਮੁੱਦੇ ਚੀਫ ਮਿਨਿਸਟਰ ਦੇ ਇਹ ਕੁਲ ਮਨਾਵੀ ਨੰਬਰ 2 ਮੇਰੀ ਕੋਈ ਚੀਫ ਮਿਨਿਸਟਰ ਸਾਹਿਬ ਨਾਲ ਗੱਲ ਹੀ ਕਿਉਂਕਿ ਕੋਵਿਡ ਦੇ ਵਿੱਚ ਇਹ 2-2.5 ਮਹੀਨੇ ਚੀਫ ਮਿਨਿਸਟਰ ਸਾਹਿਬ ਤੁਹਾਨੂੰ ਵੀ ਪਤਾ ਵੀ ਵੀ ਸੀਜ਼ ਦੇ ਰਾਹੀਂ ਉਹਨਾਂ ਨੇ ਲੋਕਾਂ ਔਰ ਆਪਣੇ ਐਮ ਐਲ ਏਜ਼ ਮੰਤਰੀਆਂ ਨਾਲ ਮੀਟਿੰਗਸ ਕੀਤੀਆਂ ਨੇ ਗੱਲ ਜਿੱਦਨ ਜ਼ਰੂਰ ਜਿੱਦਨ ਬੁਲਾਇਆ ਜਾਏਗਾ ਜਾ ਕੇ ਗੱਲ ਕਰਾਂਗੇ ਇਸ ਗੱਲ ਦਾ ਕੱਟੂ ਕੱਟ ਸੱਚਾ ਨਚੋਟ ਜਿਹੜੀ ਗੱਲ ਲਾਸਸ ਦੀ ਹੈ ਉਹਦੇ ਅਸੀਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣ ਦੇ ਹੱਕਦਾਰ ਆ ਔਰ ਸਾਨੂੰ ਉਹ ਜਵਾਬ ਦੇਣਾ ਪਏਗਾ ਔਰ ਮੈਂ ਮੰਨਦਾ ਵਿਜੀਮਨਿਸਟਰ ਸਾਹਿਬ ਥੋੜੇ ਦਿਨਾਂ ਦੇ ਵਿੱਚ ਉਹਦਾ ਜਵਾਬ ਦੇ ਦੇਣਗੇ ਔਰ ਅਸੀਂ ਅਸੀਂ ਪੰਜਾਬ 'ਚ ਦੇਖ ਰਹੇ ਹਾਂ ਕਾਂਗਰਸ ਦੇ ਵਿੱਚ ਬੜੀ ਖਾਨਾ ਚੰਗੀ ਚੱਲ ਰਹੀ ਹੈ ਇੱਕ ਲੰਚ ਦੀ ਮੀਟਿੰਗ ਚੱਲ ਰਹੀ ਸੀ ਇੱਕ ਪੈਰਲ ਕੋਚ ਹੋਰ ਐਮਐਲਏ ਚੰਡੀਗੜ੍ਹ 'ਚ ਮਿਲ ਰਹੇ ਸੀ ਕਹਿਆ ਜਾਂਦਾ ਹੈ ਕਿ ਕਾਂਗਰਸ ਵਿੱਚ ਇੰਟਰਨਲ ਡੈਮੋਕ੍ਰੇਸੀ ਬਹੁਤ ਹੈ ਜੀ ਇਸ ਕਰਕੇ ਉਹਨਾਂ ਨੂੰ ਬੋਲਣ ਦਾ ਹੱਕ ਹੈ ਮੈਨੂੰ ਇਹ ਵੀ ਯਾਦ ਆ ਕਿ ਪ੍ਰਤਾਪ ਸਿੰਘ ਬਾਜਵਾ 2016 ਚ ਪ੍ਰੈਜ਼ੀਡੈਂਸੀ ਪਾਰਟੀ ਦੇ ਉਦੋਂ ਵੀ ਬਹੁਤ ਸਾਰੇ ਕਾਂਗਰਸੀ ਜਿਹੜੇ ਲੀਡਰ ਸੀ ਉਹ ਉਹਨਾਂ ਦੇ ਖਿਲਾਫ ਹੋ ਗਏ ਸੀ ਔਰ ਉਸ ਕਰਕੇ ਉਹਨਾਂ ਨੂੰ ਹਟਾਣਾ ਪਿਆ ਸੀ ਤੇ ਹੁਣ ਦੋਰੇ ਮਾਪ ਡਣ ਕਿਉਂ ਹੈ ਹੁਣ ਕਿਉਂ ਨਹੀਂ ਜੇ ਕਿਸੇ ਦੀ ਜਵਾਬਦੇਹੀ ਬੰਦੀ ਹੈ ਉਸ ਵੇਲੇ ਕਿਉਂ ਨਹੀਂ ਜਵਾਬਦੇਹੀ ਉਹਨਾਂ ਤੋਂ ਲਈ ਜਾਂਦੀ ਦੇਖੋ ਮੈਂ ਸਮਝਦਾ ਪੋਲਿਟਿਕਸ ਦੇ ਵਿੱਚ ਕੋਈ ਕਿਸੇ ਦਾ ਦੁਸ਼ਮਨ ਨਹੀਂ ਤੇ ਕੋਈ ਕਿਸੇ ਦਾ ਦੋਸਤ ਨਹੀਂ ਇਹ ਵਕਤ ਦੀ ਨਜ਼ਾਕਤ ਦੇ ਨਾਲ ਜਿਹੜੇ ਇਹ ਕੱਲ ਦੇ ਜਿਨ੍ਹਾਂ ਨਾਲ ਨਹੀਂ ਬੰਦੀ ਜਿਨ੍ਹਾਂ ਨੇ ਸਰਦਾ ਪ੍ਰਤਾਪ ਸਿੰਘ ਬਾਜਵਾ ਜੀ ਨੂੰ 2016 ਚ ਲਾਂਧ ਦੀ ਪੂਰੀ ਆਪਣਾ ਭਾਗ ਲਿਆ ਔਰ ਅੱਜ ਉਹ ਪ੍ਰਤਾਪ ਸਿੰਘ ਬਾਜਵਾ ਜੀ ਨਾਲ ਮੀਟਿੰਗਸ ਵੀ ਕਰ ਰਹੇ ਨੇ ਅੱਜ ਹੋ ਸਕਦਾ ਉਹਨਾਂ ਦੀ ਆਪਸ ਦੇ ਵਿੱਚ ਦੇਖੋ ਪਾਰਟੀ ਸਾਡੀ ਜਿਹੜੀ ਪਾਰਟ ਕਾਂਗਰਸ ਪਾਰਟੀ ਹੈ ਖਾਸ ਕਰਕੇ ਉਹਦੇ ਵਿੱਚ ਜ਼ੀਰੋ ਟੋਲਰੈਂਸ ਹੈ ਕਿਸੇ ਚਾਹੇ ਕਰਪਸ਼ਨ ਨੂੰ ਲੈ ਕੇ ਜਾਂ ਕੋਈ ਸੈਲਫ ਸੈਂਟਰਡ ਕੋਈ ਇਸ਼ੂਜ਼ ਹੋ ਰਹੇ ਨੇ ਤੇ ਸਾਰੇ ਇਕੱਠੇ ਹੋ ਕੇ ਗੱਲ ਕਰਦੇ ਨੇ ਮੈਂ ਸਮਝਣਾ ਅੱਜ ਦੀ ਤਾਰੀਖ ਦੇ ਵਿੱਚ ਜਿਹੜਾ ਸਾਨੂੰ ਸਾਰਿਆਂ ਨੂੰ ਜ਼ਰੂਰੀ ਕੰਮ ਹੈ ਉਹ ਹੈ ਵੀ ਸੀਐਲਪੀ ਦੀ ਮੀਟਿੰਗ ਬੁਲਾਨੀ ਚਾਹੀਦੀ ਹੈ ਚੀਫ ਮਿਨਿਸਟਰ ਸਾਹਿਬ ਤੇ ਸਾਡੇ ਪੀਸੀਸੀ ਦੇ ਪ੍ਰਧਾਨ ਆਣ ਤੇ ਇਹ ਜਿਹੜੇ ਜਿਹੜੇ ਸਾਰੇ ਇਹ ਗੱਲਬਾਤ ਜੋ ਸਾਰਾ ਸਾਰਾ ਵਿਵਾਦ ਹੋਇਆ ਇਸ ਵਿਵਾਦ ਨੂੰ ਦੂਰ ਕਰਨ ਲਈ ਕਿਉਂਕਿ ਰੋਜ਼ ਜਦੋਂ ਅਸੀਂ ਟੀਵੀਜ਼ ਦੇ ਸਾਹਮਣੇ ਜਾ ਕੇ ਬੈਠੇ ਆ ਤੇ ਲੋਕਾਂ ਵਿੱਚ ਇਹ ਗੱਲ ਆਂਦੀ ਹੈ ਵੀ ਉਂਗਲਾਂ ਜਿਹੜੀਆਂ ਨੇ ਉਹ ਸਾਡੇ ਵੱਲੋਂ ਉੱਠ ਰਹੀਆਂ ਨੇ ਅਸੀਂ ਉਂਗਲਾਂ ਜੇ ਲੇਕਿਨ ਵਜਾ ਉਂਗਲਾਂ ਉੱਠ ਰਹੀਆਂ ਨੇ ਜਵਾਬ ਕਿਉਂ ਨਹੀਂ ਆ ਰਹੇ ਤੁਸੀਂ ਸੈਲਫ ਸੈਂਟਰਡ ਦੀ ਗੱਲ ਕੀਤੀ ਉਸ ਲੰਚ ਵਿੱਚ ਪੀਸੀਸੀ ਪ੍ਰੈਜ਼ੀਡੈਂਟ ਵੀ ਲਾਖੜ ਵੀ ਮੌਜੂਦ ਸੀ ਕਿਉਂ ਨਹੀਂ ਸੀਐਲਪੀ ਮੀਟਿੰਗ ਬੁਲਾਈ ਜਾਂਦੀ ਜੋ ਐਮਐਲਏ ਦੇ ਗਲੇ ਸ਼ਿਕਵੇ ਹੈ ਕਿਉਂ ਨਹੀਂ ਬੁਲਾਉਣਾ ਨੂੰ ਦੁਰਸਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਮੈਂ ਸਮਝਦਾ ਕਿਤੇ ਨਾ ਕਿਤੇ ਕੋਈ ਲੰਚ ਦੇ ਵਿੱਚ ਗੱਲ ਕਰਨ ਦਾ ਜਾਂ ਤੇ ਟਾਈਮ ਘਟ ਮਿਲਿਆ ਜਾਂ ਇਹਦੀ ਇਹ ਗੱਲ ਜ਼ਰੂਰ ਕਰਨੀ ਚਾਹੀਦੀ ਸੀ ਸੀਐਮ ਸਾਹਿਬ ਨੂੰ ਮੈਨੂੰ ਪਤਾ ਹੈ ਵੀ ਜੇ ਸੀਐਲਪੀ ਦੀ ਮੀਟਿੰਗ ਦੀ ਗੱਲ ਹੁੰਦੀ ਤੇ ਸੀਐਮ ਸਾਹਿਬ ਜ਼ਰੂਰ ਕਹਿੰਦੇ ਕੋਵਿਡ ਨੂੰ ਲੈ ਕੇ ਅਸੀਂ ਜ਼ਰੂਰ ਸਮਝਦੇ ਹਾਂ ਵੀ ਸਾਨੂੰ ਹਰ ਕਿਸੇ ਨੂੰ ਅੱਜ ਮਿਲਣ ਤੋਂ ਗੁਰੇਜ਼ ਕਰਨਾ ਚਾਹੀਦਾ ਪਰ ਇਸ ਦੇ ਇਲਾਵਾ ਮੀਟਿੰਗ ਹਫਤੇ ਦਸਵੇਂ ਮੀਟੇ ਗਰੁੱਪਸ ਦੇ ਵਿੱਚ ਕਾਲ ਕਰਕੇ ਇਹ ਜਿਹੜੀ ਲੋਕਾਂ ਦੀ ਸ਼ਿਕਾਇਤ ਹੈ ਲੋਕਾਂ ਦੇ ਜਿਹੜੇ ਮੁੱਦੇ ਨੇ ਇਹਨੂੰ ਕਲੀਅਰ ਕਰ ਲਿਆ ਸੀਐਨ ਸਾਹਿਬ ਨੂੰ ਇਨਕੁਆਇਰੀ ਕਰਕੇ ਲੋਕਾਂ ਸਾਹਮਣੇ ਲੌਸਸੇ ਹੋਏ ਨੇ ਨਹੀਂ ਹੋਏ ਅਸੀਂ ਕਿੱਦਾਂ ਦੂਰ ਕਰਾਂਗੇ ਕਾਰਪੋਰੇਸ਼ਨ ਬਣਾਨੀ ਚਾਹੀਦੀ ਹੈ ਬਾਰ-ਬਾਰ ਜੇ ਲੋਕਾਂ ਦਾ ਆ ਰਿਹਾ ਵੀ ਬਾਕੀ ਜਗ੍ਹਾ ਬਾਕੀ ਸੂਬੇ ਦੇ ਵਿੱਚ ਕਾਰਪੋਰੇਸ਼ਨ ਪੈਸਾ ਮੈਂ ਕਾਰਪੋਰੇਸ਼ਨ ਬਣਾਣੀ ਕਿੰਨੇ 3 ਸਾਲ ਹੋ ਗਏ ਹੈ ਸਰਕਾਰ ਨੂੰ ਕਿੰਨੇ ਬਾਹਰੋਂ ਆ ਕੇ ਤੇ ਬਣਾਣੀ ਨਹੀਂ ਸਰਕਾਰ ਨੇ ਬਣਾਣੀ ਹੈ ਮੈਂ ਮੈਂ ਤੁਹਾਡੇ ਨਾਲ ਜਗਦੀਪ ਜੀ ਬਿਲਕੁਲ ਇਸ ਗੱਲ ਤੇ ਮਤਫਕ ਹਾਂ 100% ਪਰ ਬਦਕਿਸਮਤੀ ਦੇ ਨਾਲ ਕਿਸੇ ਨੂੰ ਇਹ ਨਹੀਂ ਸੀ ਪਤਾ ਵੀ ਕੋਵਿਡ ਵਰਗੀ ਬਿਮਾਰੀ ਆ ਜਾਏਗੀ। ਔਰ ਮੈਨੂੰ ਪਤਾ ਹੈ ਵੀ ਸਾਡੇ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਸੀ ਗੁਰ ਸਿੰਘ ਜੀ ਸਾਹਿਬ ਸੀ ਇਸ ਦੇ ਉੱਤੇ ਕਾਫੀ ਹੱਦ ਤੱਕ ਗੱਲ ਚੱਲੀ ਸੀ ਵੀ ਅਸੀਂ ਐਕਸਰਸ ਜਿਹੜਾ ਡਿਪਾਰਟਮੈਂਟ ਹੈ ਦੇਖੋ ਘਰ-ਘਰ ਨੌਕਰੀ ਦੀ ਗੱਲ ਜਦੋਂ ਆਪਾਂ ਕਰਦੇ ਆ 25-30 ਹਜ਼ਾਰ ਬੱਚੇ ਨੂੰ ਨਾਲੇ ਤਾਂ ਨੌਕਰੀ ਮਿਲੂਗੀ ਨਾਲੇ ਐਕਸਰਸ ਸਾਨੂੰ ਵੱਧ ਰੈਵਨਿਊ ਆਊਗਾ ਸਟੇਟ ਨੂੰ ਔਰ ਕਰਨਾ ਚਾਹੀਦਾ। ਵਾਦੇ ਵਾਦੇ ਤੇ ਨੌਕਰੀ ਨਾਲ ਮੋਬਾਈਲ ਫੋਨ ਦੇ ਵੀ ਕੀਤੇ ਗਏ ਸੀ ਸ਼ਾਇਦ ਕੋਵਿਡ ਜਿਹੜਾ ਹੈ ਉਹ ਬਹੁਤ ਕੁਝ ਕਾਂਗਰਸ ਨੂੰ ਕਵਰ ਅਪ ਕਰਨ ਦਾ ਮੌਕਾ ਦੇ ਰਿਹਾ ਕਿ ਮੋਬਾਈਲ ਫੋਨ ਚਾਈਨਾ ਚ ਫਸੇ ਹੋਏ ਆ ਨੌਕਰੀਆਂ ਜਿਹੜੀਆਂ ਹੁਣ ਮਿਲਣੀਆਂ ਨਹੀਂ ਆ ਲੇਕਿਨ ਲੋਕਾਂ ਨਾਲ ਜਿਹੜੇ ਤੁਸੀਂ ਵਾਦੇ ਕਰਕੇ ਆਏ ਸੀ ਉਹਦੀ ਜਵਾਬਦੇਹੀ ਤੇ ਬੰਦਦੀ ਹੈ ਨਾ ਉਹ ਤੇ ਜਵਾਬ ਦੇਣਾ ਪਏਗਾ ਦੇਖੋ ਕਾਂਗਰਸ ਪਾਰਟੀ ਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਹਿ ਸਕਦਾ ਇਸ ਗੱਲ ਦੀ ਚਿੰਤਾ ਤੇ ਜ਼ਰੂਰ ਹੈ ਵੀ ਜਿਹੜੀ ਇਹ ਸਥਿਤੀ ਹੈ ਜਿਹੜੀ ਇਹ ਜਿਹੜੀ ਪਰਸੈਪਸ਼ਨ ਲੋਕਾਂ 'ਚ ਬੰਦੀ ਤੁਰੀ ਜਾ ਰਹੀ ਹੈ ਇਹ ਪਰਸੈਪਸ਼ਨ ਨੂੰ ਕਿਦਾਂ ਦੂਰ ਕੀਤਾ ਜਾਏ ਕਿਦਾਂ ਪਾਰਟੀ ਨੂੰ ਤਗੜਿਆਂ ਕੀਤਾ ਜਾਏ ਕਿਦਾਂ 2000 ਭਾਈ ਦੀ ਇਲੈਕਸ਼ਨ ਦੇ ਵਿੱਚ ਕਾਂਗਰਸ ਦੁਬਾਰਾ ਆਪਣੇ ਵਾਅਦੇ ਪੂਰੇ ਕਰਕੇ ਆਂਦੇ ਅਸੀਂ ਕਿਸਾਨਾਂ ਦੀ ਕਰਜ਼ੇ ਦਾ ਕੰਮ ਸ਼ੁਰੂ ਕੀਤਾ ਸੀ ਕੀ ਗੱਲ ਇਹ ਕੰਮ ਹੋ ਸਕਦੇ ਨੇ ਇਹ ਨਾ ਮੁਮਕਿਨ ਨਹੀਂ ਹੈ ਜੇ ਅਸੀਂ ਆਪਣੇ ਛੋਟੇ-ਛੋਟੇ ਮਫਾਦ ਜਿਹੜੇ ਨੇ ਆਪਣੇ ਸੈਲਫਿਸ਼ ਇੰਟਰਸਟ ਨੂੰ ਛੱਡ ਕੇ ਆਪਣੇ ਕੰਮਾਂ ਨੂੰ ਛੱਡ ਕੇ ਇੱਕ ਬੰਨੇ ਰੱਖ ਦਈਏ ਤੇ ਪੰਜਾਬ ਦੇ ਕੰਮ ਕਰਨ ਨੂੰ ਤੁਰੀਏ ਮੈਂ ਤਾਂ ਦੁੱਧਾਵੇਂ ਨਾ ਇੱਕ ਗੱਲ ਕਹਿ ਸਕਦਾ ਵੀ ਅਸੀਂ ਪੰਜਾਬ ਦਾ ਕੀਤਾ ਹੋਇਆ ਕਾਂਗਰਸ ਦਾ ਵਾਅਦਾ ਪੂਰਾ ਕਰ ਸਕਦੇ ਆ ਅੱਛਾ ਜੀ ਤੁਹਾਡੀ ਕਾਂਗਰਸ ਦੀ ਹਾਈ ਕਮਾਂਡ ਦਿੱਲੀ ਚ ਹੈ